ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਨਿਰਭਉਪ੍ਰੀਤ ਸਿੰਘ ਜੈਤੋ ਤੇ ਤੁਸੀਂ ਦੇਖ ਰਹੇ ਹੋ ਸੱਚ ਦਾ ਸੁਣਿਆ ਚੈਨਲ। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਚੇਅਰਮੈਨੀ ਲਈ ਹੈ, ਉਦੋਂ ਤੋਂ ਹੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਵਜੋਤ ਸਿੰਘ ਸਿੱਧੂ ਤੇ ਰਗੜੇ ਲਾ ਰਹੀ ਹੈ। ਇਸ ਬਾਰੇ ਭਾਜਪਾ ਦੇ ਪੰਜਾਬ ਪ੍ਰਧਾਨ ਸਵੇਦ ਮਲਿਕ ਦਾ ਇਹ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਨਵਜੋਤ ਸਿੱਧੂ ਦਾ ਪਰਿਵਾਰ ਬਹੁਤ ਗਰੀਬ ਹੈ, ਇਸ ਕਰਕੇ ਤਰਸ ਦੇ ਆਧਾਰ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਕਿ ਦੋ ਗਰੀਬ ਪਰਿਵਾਰਾਂ ਨੂੰ ਉਹਨਾਂ ਨੇ ਰੋਜ਼ਗਾਰ ਦੇ ਦਿੱਤਾ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਯੂਥ ਨੂੰ ਨੌਕਰੀ ਦੇਵਾਂਗੇ, ਪੰਜਾਬ ਦੇ ਹਰ ਯੂਥ ਨੂੰ ਬੇਰੋਜ਼ਗਾਰੀ ਭੱਤਾ ਦੇਵਾਂਗੇ 2500 ਰੁਪਏ, ਅਤੇ ਅੱਜ ਮੈਂ ਉਹਨਾਂ ਨੂੰ ਵਧਾਈ ਦਿਆਂਗਾ, ਉਹਨਾਂ ਨੇ ਦੋ ਗਰੀਬ ਪਰਿਵਾਰਾਂ ਨੂੰ ਨੌਕਰੀ ਦੇ ਦਿੱਤੀ ਹੈ। ਇੱਕ ਤਾਂ ਪੂਰਵ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਜੀ ਦੇ ਜਿਹੜੇ ਪੋਤੇ ਨੇ ਉਹਨਾਂ ਨੂੰ ਉਹਨਾਂ ਨੇ ਨੌਕਰੀ ਦਿੱਤੀ ਸੀ, ਓਵਰ ਏਜ ਸੀਗੇ। ਦੂਸਰੀ ਨੌਕਰੀ ਇੱਕ ਹੋਰ ਗਰੀਬ ਪਰਿਵਾਰ ਹੈ ਨਵਜੋਤ ਸਿੰਘ ਸਿੱਧੂ ਜੀ ਦਾ, ਉਹਨਾਂ ਦੇ ਸ਼੍ਰੀਮਤੀ ਨੂੰ ਉਹਨਾਂ ਨੇ ਅੱਜ ਰੋਜ਼ਗਾਰ ਦਿੱਤਾ ਹੈ। ਸੋ ਮੈਂ ਸਮਝਦਾ ਕਿ ਇਹ ਏਜੰਡਾ ਉਹਨਾਂ ਨੇ ਆਪਣਾ ਸ਼ੁਰੂ ਕਰਤਾ ਹੈ ਕਿ ਆਪਣਿਆਂ ਨੂੰ ਬਾਰ ਬਾਰ ਸੁਵਿਧਾ ਦੇਣ ਦਾ। ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਨਵਜੋਤ ਸਿੱਧੂ ਨੂੰ ਖਰੀਆ ਖਰੀਆ ਸੁਣਾਈਆਂ। ਸਹੂਲਤਾਂ ਲੋਕਾਂ ਦੀ, ਆਟੇ ਦਾਲ, ਪੈਨਸ਼ਨ, ਸ਼ਗਨ ਬੰਦ ਹੋ ਗਏ, ਕੋਈ ਰੌਲਾ ਰਗੋਲਾ ਕੁਛ ਵੀ ਨਹੀਂ। ਤੇ ਹੁਣ ਜਿਹੜੇ ਪਰਿਵਾਰਵਾਦ ਦਾ ਇਲਜ਼ਾਮ ਸਾਡੇ ਉੱਤੇ ਲਾਉਂਦੇ ਸੀ, ਆਪ ਦੇ ਪਰਿਵਾਰ ਦੇ ਮਗਰ ਲੱਗ ਕੇ ਉਹਨਾਂ ਨੂੰ ਅਹੁਦਿਆਂ 'ਚ ਬਿਠਾ ਰਹੇ ਨੇ, ਘਰ ਘਰ ਨੌਕਰੀ ਦੂਜਿਆਂ ਨੂੰ ਕੀ ਦੇਣੀ ਸੀ, ਆਪਣੇ ਪਰਿਵਾਰ ਵਾਲਿਆਂ ਦੀ ਨੌਕਰੀਆਂ ਪੂਰੀ ਕਰਨ 'ਚ ਲੱਗੇ ਹੋਏ ਨੇ। ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਨੌਕਰੀਆਂ ਦੇਣੀਆਂ ਸਹੀ ਹਨ ਜਾਂ ਨਹੀਂ। ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਸੱਚ ਦਾ ਸੁਣਿਆ ਨਿਊਜ਼, ਧੰਨਵਾਦ।